ਚਾਰ ਪਦਾਰਥ ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਹੈ ਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਸੁਖਮਨੀ ਸਾਹਿਬ ਦੇ ਪਵਿੱਤਰ ਵਾਕ ਨੇ। ਔਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਦੀ ਰਚਨਾ ਕੀਤੀ। ਇਸ ਤੋਂ ਪਹਿਲਾਂ ਦੇ ਇਹ ਪ੍ਰਚਲਿਤ ਬਿੰਬ ਨੇ ਜਿਹੜੇ ਕਿ ਸਾਡੇ ਅਧਿਆਤਮਕ ਪੰਥ ਦੇ ਉੱਤੇ ਜਾਂ ਧਰਮ ਦੇ ਵਿੱਚ ਆਏ ਹੋਣਗੇ, ਅਤੇ ਗੁਰੂ ਸਾਹਿਬ ਨੇ ਇਹਨਾਂ ਦਾ ਸਪਸ਼ਟੀਕਰਨ ਦਿੱਤਾ, ਇਹਨਾਂ ਨੂੰ ਸਿੰਪਲੀਫਾਈ ਕੀਤਾ। ਜਦੋਂ ਅਸੀਂ ਆਪਣੇ ਭਾਰਤੀ ਧਰਮਾਂ ਨੂੰ ਘੋਖੀਏ ਤਾਂ ਇੱਕ ਬਿੰਬ ਹੁੰਦੇ ਆ ਕਿ ਜਿਹੜੇ ਪਦਾਰਥਾਂ ਦੇ ਨਾਲ ਜੋੜੇ ਜਾਂਦੇ ਨੇ, ਚਾਰ ਪਦਾਰਥ ਲੋਕਾਂ ਵਾਸਤੇ। ਹੁਣ ਉਹਨਾਂ ਚਾਰ ਪਦਾਰਥਾਂ ਦੇ ਵਿੱਚ ਅਗਰ ਭਾਰਤੀ ਧਰਮ ਦਾ ਅਧਿਐਨ ਕਰੀਏ ਤਾਂ ਉਹਨਾਂ ਦੇ ਵਿੱਚ ਆ ਜਾਂਦੇ ਨੇ ਚਾਰ ਪਦਾਰਥਾਂ ਦੇ ਵਿੱਚ, ਧਰਮ ਪਹਿਲਾ ਪਦਾਰਥ ਹੈ, ਫਿਰ ਅਰਥ ਦੂਜਾ ਪਦਾਰਥ ਹੈ, ਕਾਮ ਤੀਜਾ ਪਦਾਰਥ ਹੈ, ਅਤੇ ਮੋਕਸ਼ ਆਖਰੀ ਚੌਥਾ ਪਦਾਰਥ ਹੈ। ਅਤੇ ਇਸ ਦੀ ਜਿਹੜੀ ਵਿਆਖਿਆ ਆ, ਅੱਜ ਵੀ ਅਸੀਂ ਦੇਖੀਏ ਪੁਰਾਤਨ ਵੇਦਾਂਤ ਦੇ ਹਿਸਾਬ ਨਾਲ ਇਹੀ ਹੋ ਰਹੀ ਹੈ ਕਿ ਜਿਹੜੇ ਚਾਰ ਪਦਾਰਥ ਇਹੀ ਨੇ, ਸਹੀ ਇਹੀ ਨੇ, ਹੁਣ ਵੀ ਕਹਿ ਰਹੇ ਹਾਂ, ਗੁਰਬਾਣੀ ਦੇ ਵਿੱਚ ਵੀ ਇਹੀ ਹੈਗੇ ਨੇ। ਪਰ ਇਹਨਾਂ ਦੇ ਜਿਹੜੇ ਬਿੰਬਾਂ ਨੂੰ ਡੀਕੋਡ ਕਰਨਾ ਆ ਕਿ ਇਹ ਚਾਰ ਹੈ ਕੀ, ਧਰਮ ਦੀ ਤਾਂ ਅੱਜ ਵੀ ਉਹੀ ਆ, ਗੁਰਬਾਣੀ ਦੇ ਵਿੱਚ ਵੀ ਧਰਮ ਹੀ ਆ। ਉਸ ਤੋਂ ਬਾਅਦ ਆ ਜਾਂਦਾ ਆ ਕਿ ਅਰਥ, ਅਰਥ ਨੂੰ ਅਕਸਰ ਅਸੀਂ ਇਕੋਨਮੀ ਨਾਲ ਜੋੜ ਲਈਦਾ, ਆਪਣੀ ਪ੍ਰੋਸਪੈਰਿਟੀ ਨਾਲ ਜੋੜ ਲਈਦਾ ਆ ਕਿ ਅਰਥ ਦਾ ਮਤਲਬ ਇਹ ਆ। ਅਰਥ ਸ਼ਾਸਤਰੀ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਅਰਥ ਸ਼ਾਸਤਰੀ ਹੋਏ ਨੇ, ਇਕੋਨਮਿਸਟ, ਅਤੇ ਇਹ ਇੱਕ ਪਦਾਰਥ ਹੈ ਵੀ ਜਿਹੜੀ ਤੁਹਾਡੀ ਵੈਲਬੀਂਗ ਹੈ ਪੈਸੇ ਧੇਲੇ ਪਿੱਛੋਂ ਮਾਇਆ ਪਿੱਛੋਂ ਉਹ ਪੂਰੀ ਹੋਣੀ ਚਾਹੀਦੀ ਆ। ਅਤੇ ਤੀਸਰੀ ਹੈਗੀ ਕਾਮ। ਹੁਣ ਜਿਹੜਾ ਮੇਰੇ ਵਰਗਾ ਲੇਮੈਨ ਹੈ ਕਈ ਵਾਰੀ ਇਹ ਸੋਚਦਾ ਵੀ ਕਾਮ ਜਿਹੜਾ ਆ, ਕਾਮ ਸੈਕਸ਼ੂਅਲ ਡਿਜ਼ਾਇਰ ਨੂੰ ਕਾਮ ਕਹਿੰਦੇ ਆ, ਇਸ ਤਰ੍ਹਾਂ ਨਹੀਂ ਹੈਗਾ, ਇਹ ਬਹੁ ਪੱਖੀ ਸ਼ਬਦ ਹੈ। ਇੱਥੇ ਜਿਹੜੇ ਵਿਆਖਿਆ ਕਰਨ ਵੇਲੇ ਤੀਜੇ ਪਦਾਰਥ ਨੂੰ ਕਾਮ ਦੱਸਦੇ ਨੇ ਜਾਂ ਡਿਸਕ੍ਰਾਈਬ ਕਰਦੇ ਨੇ, ਉਹ ਕਾਮਨਾਵਾਂ, ਜੋ ਵੀ ਤੁਹਾਡੇ ਮਨ ਦੇ ਵਿੱਚ ਕਾਮਨਾਵਾਂ ਆ ਉਹ ਪੂਰੀਆਂ ਹੋਣ, ਇਹ ਚੌਥੀ ਇਹ ਤੀਜੀ ਪਦਾਰਥ ਦੀ ਵਿਆਖਿਆ ਹੈ। ਅਤੇ ਚੌਥੀ ਮੋਕਸ਼, ਮੁਕਤੀ। ਹੁਣ ਇਹ ਚਾਰ ਪਦਾਰਥ ਚਾਹੀਦੇ ਨੇ ਕਿ ਤੁਹਾਡੇ ਕੋਲ ਧਰਮ ਵੀ ਆ, ਤੁਹਾਡੇ ਕੋਲ ਇਕੋਨਮਿਕਲੀ ਤੁਸੀਂ ਬੈਟਰ ਵੀ ਹੋ, ਤੁਸੀਂ ਕਾਮਨਾਵਾਂ ਜਿਹੜੀਆਂ ਤੁਹਾਡੀ ਤੁਸੀਂ ਕਰਦੇ ਹੋ ਉਹ ਵੀ ਪੂਰੀਆਂ ਹੋ ਰਹੀਆਂ ਨੇ, ਅਤੇ ਤੁਸੀਂ ਮੁਕਤ ਵੀ ਹੋ ਚੁੱਕੇ ਹੋ। ਇਹ ਟ੍ਰੈਡੀਸ਼ਨਲ ਵਿਆਖਿਆ ਹੈ। ਪਰ ਜੇ ਆਪਾਂ ਹੁਣ ਪੰਜਵੇਂ ਪਾਤਸ਼ਾਹ ਦੀ ਸਿੰਪਲੀਫਿਕੇਸ਼ਨ ਦੇਖੀਏ ਤਾਂ ਉਹ ਕਹਿੰਦੇ ਵੀ ਜੇ ਇਹ ਚਾਰ ਪਦਾਰਥ ਚਾਹੀਦੇ ਆ ਤਾਂ ਤੂੰ ਸਾਧ ਜਨਾਂ ਦੀ ਸੇਵਾ ਲੱਗ, ਸਾਧ ਜਨਾਂ ਦੇ ਕੋਲ ਜਾ, ਉਹ ਤੇਰੇ ਇਹ ਚਾਰ ਪਦਾਰਥ ਤੈਨੂੰ ਦਊਗੇ। ਹੁਣ ਜਦੋਂ ਆਪਾਂ ਸਾਧ ਦੀ ਡੈਫੀਨੇਸ਼ਨ ਸੁਖਮਨੀ ਸਾਹਿਬ ਦੇ ਵਿੱਚ ਹੀ ਪੜ੍ਹਦੇ ਹਾਂ ਤਾਂ ਸਾਧ ਦੀ ਅਵਸਥਾ ਤੱਕ ਪਹੁੰਚਿਆ ਕਿੱਦਾਂ, ਉਹ ਸਾਧ ਉਹਨੇ ਕਿੱਧਰਾਂ ਕਿਸ ਤਰ੍ਹਾਂ ਸਾਧਿਆ। ਪਹਿਲਾਂ ਤਾਂ ਉਹਨੇ ਧਰਮ ਅਪਣਾਇਆ ਹੋਏਗਾ, ਫਿਰ ਉਸਨੇ ਸਾਧਨਾ ਕੀਤੀ ਹੋਏਗੀ, ਅਤੇ ਫਿਰ ਮੋਕਸ਼ ਪ੍ਰਾਪਤ ਕੀਤਾ ਹੋਊਗਾ, ਅਤੇ ਫਿਰ ਆਪਣਾ ਜੀਵਨ ਵਿਚਰ ਰਿਹਾ ਹੋਊਗਾ, ਇਸ ਤਰ੍ਹਾਂ ਉਹ ਸਾਧ ਹੈ। ਹੁਣ ਅਰਥ ਜਿਹੜਾ ਨੇ, ਇਕੋਨਮੀ ਜਿਹੜੀ ਆ, ਵੈਲਬੀਂਗ ਆ, ਜਿਹੜੇ ਪੈਸਾ ਧੇਲਾ ਆ, ਇਸ ਨੂੰ ਤਿਆਗ ਕੇ ਤਾਂ ਉਹ ਸਾਧ ਬਣਿਆ। ਜਿਹੜੀ ਕਾਮਨਾਵਾਂ ਨੂੰ ਕੰਟਰੋਲ ਕਰਕੇ ਕਾਬੂ ਪਾ ਕੇ ਤਾਂ ਉਹ ਸਾਧ ਬਣਿਆ। ਫਿਰ ਜੇ ਆਪਾਂ ਨੂੰ ਅਰਥ ਅਤੇ ਕਾਮ ਚਾਹੀਦਾ ਆ, ਧਰਮ ਅਤੇ ਆਪਾਂ ਮੋਕਸ਼ ਨੂੰ ਹਜੇ ਛੱਡ ਲੈਂਦੇ ਹਾਂ, ਜੇ ਅਰਥ ਅਤੇ ਕਾਮ ਚਾਹੀਦਾ ਆ ਤਾਂ ਫਿਰ ਅਸੀਂ ਉਸ ਸ਼ਖਸ ਕੋਲ, ਸਾਧ ਕੋਲ ਕਿਉਂ ਜਾਈਏ
ਜਿਹੜਾ ਪਹਿਲਾਂ ਆਪ ਇਸ ਨੂੰ ਤਿਆਗ ਕੇ ਸਾਧ ਬਣਿਆ ਹੋਇਆ, ਉਹ ਸਾਨੂੰ ਇਹ ਚੀਜ਼ ਵੱਲ ਨੂੰ ਕਿੱਦਾਂ ਪ੍ਰੇਰਿਤ ਕਰ ਸਕਦਾ, ਕਿੱਦਾਂ ਕਹਿ ਸਕਦਾ, ਆਪ ਕਿੱਦਾਂ ਦੇ ਸਕਦਾ? ਹਾਂ, ਉਹਦੇ 'ਚ ਕੈਪੇਬਿਲਿਟੀ ਹੈ, ਪਰ ਉਹ ਕਦੇ ਵੀ ਆਪਾਂ ਨੂੰ ਪੁੱਠੇ ਪਾਸੇ ਨਹੀਂ ਲਾਏਗਾ। ਕੋਈ ਵੀ ਗੁਰੂ ਨਹੀਂ ਪਹੁੰਚਾਏਗਾ ਉਹ ਸਾਧ ਕੋਲ ਇਹਨਾਂ ਕੰਮਾਂ ਵਾਸਤੇ। ਸੋ ਇੱਥੋਂ ਲੱਗਦਾ ਕਿ ਇਹਦੀ ਜਿਹੜੀ ਵਿਆਖਿਆ ਥੋੜ੍ਹੀ ਜਿਹੀ ਆਪਾਂ ਮਿਲਗੋਬਾ ਕਰ ਲਿਆ ਆ। ਅਸਲ ਦੇ ਵਿੱਚ ਜਦੋਂ ਇਹਨੂੰ ਗੁਰਬਾਣੀ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਦੇਖੀਏ, ਪੜਚੋਲੀਏ, ਤਾਂ ਜਪਜੀ ਸਾਹਿਬ ਦੇ ਜਿਹੜੇ ਪੰਜ ਖੰਡ ਨੇ ਉਹ ਬਹੁਤ ਇਸਨੂੰ ਬਰੀਕੀ ਦੇ ਨਾਲ ਸੋਲਵ ਕਰਦੇ ਨੇ। ਧਰਮ ਖੰਡ ਹੀ ਆ ਪਹਿਲਾ ਪਦਾਰਥ। ਦੂਜਾ ਹੈਗਾ ਅਰਥ। ਅਰਥ ਦਾ ਇੱਥੇ ਮਤਲਬ ਇਕੋਨਮੀ ਜਾਂ ਪੈਸਾ ਜਾਂ ਧੇਲਾ ਜਾਂ ਮਾਇਆ ਨਹੀਂ ਹੈਗੀ, ਅਰਥ ਦਾ ਮਤਲਬ ਗਿਆਨ ਹੀ ਹੈ। ਕਿ ਧਰਮ ਦਾ ਜਦੋਂ ਅਰਥ ਸਮਝ ਆ ਗਿਆ, ਜਦੋਂ ਗਿਆਨ ਤੁਹਾਨੂੰ ਹੋ ਗਿਆ, ਉਹੀ ਦੂਜਾ ਪਦਾਰਥ ਹੈ। ਅਤੇ ਕਾਮ ਅਸਲ ਦੇ ਵਿੱਚ ਕੰਮ ਤੋਂ ਬਣਿਆ, ਕਰਮ ਤੋਂ। ਕਰਮ ਦੀ ਸ਼ੋਰਟ ਫੋਰਮ ਕਾਮ ਹੈ। ਸੋ ਇਹ ਕਾਮ ਕਿਉਂਕਿ ਦੂਸਰੇ ਸੈਕਸ਼ੂਅਲ ਡਿਜ਼ਾਇਰ ਨਾਲ ਮੈਚ ਕਰਦਾ ਸੀ, ਇਸ ਕਰਕੇ ਪਹਿਲੇ ਗੁਰਾਂ ਨੇ ਜਿਹੜਾ ਉਹ ਖੰਡ ਹੈ ਉਸਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ। ਉਹ ਕਿਉਂ ਵੰਡਿਆ ਇਹ ਆਪਾਂ ਡਿਟੇਲ 'ਚ ਫੇਰ ਗੱਲ ਕਰਾਂਗੇ। ਉਸਨੂੰ ਸਰਮ ਅਤੇ ਕਰਮ ਦੇ ਵਿੱਚ ਵੰਡ ਦਿੱਤਾ, ਐਕਸ਼ਨ ਐਂਡ ਰਿਐਕਸ਼ਨ। ਪਹਿਲਾਂ ਸਿਰਫ ਇਹ ਕੰਬਾਈਨ ਰੂਪ ਦੇ ਵਿੱਚ ਕੀਤਾ ਜਾਂਦਾ ਸੀ ਕਿ ਰਿਐਕਸ਼ਨ ਹੋਣਾ ਆ, ਕਿ ਤੁਹਾਨੂੰ ਕਰਮ ਹੋਣਾ ਆ, ਕਰੋ, ਕਰਮ ਕਰੀ ਜਾਓ, ਐਕਸ਼ਨ ਕਰੀ ਜਾਓ, ਜਾਂ ਉਹਦਾ ਰਿਜ਼ਲਟ ਹੈ ਨਹੀਂ, ਜਾਂ ਤੁਹਾਡਾ ਰਿਜ਼ਲਟ ਆਏਗਾ ਉਹਦਾ ਐਕਸ਼ਨ ਹੈ ਨਹੀਂ। ਉਹ ਜੇ ਪੁੱਛਦੇ ਸੀ ਵੀ ਇਹ ਹੁਣ ਮੈਨੂੰ ਕਰਮ ਦਾ ਕੇਸ ਕਰਮ ਦਾ ਕਰਮ ਮਿਲਿਆ ਮੈਨੂੰ ਨਤੀਜਾ, ਉਹ ਕਹਿੰਦੇ ਕੋਈ ਪਿਛਲੇ ਜਨਮ ਦਾ ਹੋਏਗਾ। ਸੋ ਐਕਸ਼ਨ ਅਤੇ ਰਿਐਕਸ਼ਨ ਨੂੰ ਪਹਿਲੇ ਗੁਰਾਂ ਨੇ ਦੋ ਹਿੱਸਿਆਂ 'ਚ ਵੰਡਿਆ, ਸਰਮਖੰਡ ਸ਼੍ਰਮ ਮਿਹਨਤ ਅਤੇ ਕਰਮਖੰਡ ਰਿਜ਼ਲਟ। ਸੋ ਕਾਮ ਜਿਹੜਾ ਤੀਜਾ ਪਦਾਰਥ ਹੈ ਉਹ ਅਸਲ ਦੇ ਵਿੱਚ ਕਰਮ ਹੈ, ਸਰਮ ਅਤੇ ਕਰਮ ਜੁਆਇੰਟ ਸਿੱਖੀ ਦੇ ਵਿੱਚ। ਅਤੇ ਪੰਜਵਾਂ ਖੰਡ ਜਿਹੜਾ ਅਤੇ ਜਿਹੜਾ ਚੌਥਾ ਪਦਾਰਥ ਹੈ ਮੋਕਸ਼, ਉਹ ਹੈ ਸਾਡਾ ਸੱਚਖੰਡ। ਸੋ ਜਿਹੜੀ ਇਹ ਵਿਆਖਿਆ ਆ ਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਉਸਦਾ ਸਹੀ ਨਤੀਜਾ, ਉਸਦਾ ਸਹੀ ਵਿਆਖਿਆ ਉਸਦੀ ਇਹ ਹੈ ਕਿ ਅਗਰ ਤੁਹਾਨੂੰ ਧਰਮ ਚਾਹੀਦਾ, ਉਸਦੇ ਅਰਥ ਜਾਣਨੇ ਨੇ, ਉਸ 'ਤੇ ਚੱਲਣਾ ਆ, ਮਿਹਨਤ ਕਰਨੀ ਆ, ਅਤੇ ਫਿਰ ਮੋਕਸ਼ ਪ੍ਰਾਪਤ ਕਰਨਾ ਆ, ਤਾਂ ਤੁਹਾਨੂੰ ਸਾਧ ਜਨਾ ਦੇ ਚਰਨੀ ਜਾਂ ਸਾਧ ਜਨਾ ਦੀ ਸੇਵਾ ਜਾਂ ਸਾਧ ਜਨਾ ਦੀ ਕੰਪਨੀ ਕਰਨੀ ਜ਼ਰੂਰੀ ਹੈ। ਸੋ ਇਸ ਚਾਰ ਪਦਾਰਥਾਂ ਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਸ ਤਰ੍ਹਾਂ ਵਿਚਾਰਨਾ ਚਾਹੀਦਾ।